ਡੇਟਾ ਘਟਾਓ ਅਗਰ ਮੂਰੇ ਜੀ ਦਾਮੇ ਹੀ ਘਾਟੇ ਕਰਨੇ ਜੀ ਤੇ ਫਿਰ ਕੋਈ ਫਾਇਦਾ ਨਹੀਂ ਜਿੰਦਾ ਨਹੀਂ ਅਸਾਂ ਲੋਕਾਂ ਪਿਛੀ ਜੋ ਵੀ ਅਸਾਂ ਸੋਣ ਰਾਈ ਕਣਕ ਸੀ ਤੇ ਜਮੇ ਜੋ ਪੰਜ ਮਕਈ ਦੀ ਦਾਣੇ ਖਾ ਕੇ ਝੜੀ ਵੋਟ ਮੰਗਦੇ ਰਹੇ ਤੇ ਮੈਂ ਅਜੀ ਸਾਹਿਬ ਕੋਈ ਆਸਾ ਕਿ ਹੁਣ ਮਿਹਰਬਾਨੀ ਕਰੋ ਜ਼ਰਾ ਇਹ ਤਸਵੀਰ ਖੋਲੋ ਜੀ ਜ਼ਰਾ ਇਹ ਪੈਸੇ ਦੇ ਜ਼ਰਾ ਦਾਓ ਪਰ ਪਤਾ ਲੱਗੇ ਮੇਰੇ ਜੀ ਅਸੀਂ ਤਕੜੀ ਕੋਮ ਵਾਲਾ ਤਾਂ ਪੂਰਾ ਮਾਡਲ ਟਾਊਨ ਤੇ ਟਿਕਟ ਜੇ ਵੀ ਬਾਨੀ ਜੀ ਤਾਂ ਆ ਗਏ ਅਸਲਾਮ ਅਲੈਕਮ ਜੀ ਅਸੀਂ ਆ ਗਏ ਭਰਾਓ ਇਹ ਕਿ ਨੂਨ ਲੀਗ ਦਾ ਤੇ ਜਮੀਅਤ ਹੈ ਤਾਂ ਆ ਦੇ ਅਸਲਾਮ ਅਲੈਕਮ ਸਟੇਜ ਤੇ ਗੱਲਾਂ ਤੇ ਕਾਫੀ ਹੋਈ ਜੀ ਅਸਾਂ ਵੀ ਹਬੀਬ ਸਾਹਿਬ ਨਾਲ ਜਾਣ ਸੜੇ ਸਮੇਂ ਲਾਏ ਨੇ ਹਬੀਬ ਸਾਹਿਬ ਜੇਲ ਵਿੱਚ ਅਸੀਂ ਤੇ ਮੈਂ ਰਾਤੀ 9 ਵਜੇ ਜੇਲ ਗਏ ਜੀ ਬਾਬੂ ਰਿਆਜ਼ ਸਾਹਿਬ ਬੈਠੇ ਜਿਨ ਗਵਾਏ ਮੈਂ ਜੀ ਕਹਾਣੀਆਂ ਪੜ੍ਹਦੇ ਲੋਕ ਲੱਗੇ ਦੇ ਦਾਜੀ ਸਾਹਿਬ ਆਪੇ ਘਰੋਂ ਕਰ ਸਕਦੇ ਹੋ ਤੇ ਇਲੈਕਸ਼ਨ ਕਰਾਂ ਉਸ ਵੇਲੇ ਪੀਏ ਦੀ ਸ਼ਰਤ ਸੀ ਤੇ ਹਬੀਬ ਸਾਹਿਬ ਆ ਗਏ ਰਿਆਜ਼ ਸਾਹਿਬ ਮੈਂ ਸੋਚਾਂ ਤੇ ਕੱਲ੍ਹ ਤੁਮ ਜਵਾਬ ਦੇ ਸਕਦੇ ਰਾਤੀ ਨੇ ਸੋਚਿਆ ਤੇ ਅਗਲੇ ਦੇ ਜਵਾਬ ਦੇ ਜੀ ਕਿ ਮੈਂ ਫਜ਼ਾਲਾ ਆਪਣੀ ਬੇਟੀ ਘਰ ਛੁੜੇ ਤੇ ਅੱਲਾ ਦੇ ਹਵਾਲੇ ਤੇ ਮੜੇ ਇਲਾਕੇ ਦੇ ਆਵਾਮ ਦੇ ਹਵਾਲੇ ਤੇ ਇਲੈਕਸ਼ਨ ਸੋ ਸੋਗਤ ਵੀ ਕੀਤੇ ਜੀ ਮੈਂ ਔਰ ਪਰਿਸ਼ਾਨ ਹਬੀਬ ਸਾਹਿਬ ਦੇ ਛੋਟੇ ਭਰਾ ਬੈਠੀ ਦੇ ਅਸਾਂ ਕਾਲੇ ਦੋ ਸਟੇਜਾਂ ਦੇ ਖੜ ਕੇ ਤਕਰੀਰਾਂ ਕਰਦੇ ਰਹੇ ਹਾਂ ਤੇ ਇਲੈਕਸ਼ਨ ਅੱਲਾ ਸੋਹਣਾ ਸਿੰਘ ਇਸ ਆਵਾਮ ਕੋ ਇਸ ਕੌਮ ਕੋ ਕਾਮਯਾਬ ਕੀਤਾ ਹੁਣ ਤੇ ਅਸਾਂ ਅੱਲਾ ਦੇ ਪੱਖੀ ਵਾਲੇ ਭਰਾ ਵੀ ਆ ਗਏ ਜੀ ਜਿਹੜੇ ਸਭ ਮੌਜੂਦਾ ਜ਼ਮਾਨਾ ਦੂਰ ਰਹੇ ਹੁਣ ਅਸੀਂ ਸਾਰੇ ਇਕੱਠੇ ਹੋ ਗਏ ਨਿਕਲ ਜਾ ਮਸ਼ਵਰਾ ਜ਼ਰੂਰ ਦੇ ਸਾਂ ਜੀ ਕਿ ਉੱਤਰ ਟੀ ਵੀ ਤੇ ਅਸੀਂ ਦੇਖਦੇ ਹਾਂ ਜੀ ਕਿ ਨੂਨ ਲੀਗ ਦਾ ਤਾਂ ਜਮੀਅਤ ਹੈ ਇਤਿਹਾਦ ਹੈ ਇਹ ਜਮੀਅਤ ਕਾਇਦੀਨ ਬੈਠੇ ਦਿਨ ਇਹਨਾਂ ਦਾ ਰਿਕੁਐਸਟ ਹੈ ਕਿ ਪਿਛੀ ਜੋ ਵੀ ਅਸਾਂ ਸੁਣ ਰਾਈ ਕਣਕ ਸੀ ਤੇ ਜਮੇ ਜੋ 5 ਸਾਲ ਅਸੀਂ ਖੁਆ ਰਹੀ ਰਹੇ ਹਾਂ ਇਸ ਦਾ ਵਾਹ ਮਿਹਰਬਾਨੀ ਕਰੋ ਮੌਲਾਨਾ ਸਾਹਿਬ ਨਾਲ ਜੁੜ ਕੇ ਗੱਲ ਕਰਨ ਕਿ ਸੀਟ ਐਡਜਸਟਮੈਂਟ ਤੁਸੀਂ ਕਸ ਕਰਦੇ ਹੋ ਅਟਕੋ ਪਾਰ ਸਿਰਫ ਆਪਣੀ ਸੀਟ ਖੜੀਆਂ ਕਰਦੇ ਹੋ ਤੇ ਮਨਸਰ ਨੂਨ ਤੇ ਜਿਮੀ ਸੁਰਾ ਪੱਤ ਕੋ ਸੁਣ ਤੇ ਜਿੱਤੀ ਤਰੀਆ ਇਸ ਵਾਸਤੇ ਇਹਨੇ ਚੀਜ਼ਾਂ ਦਾ ਗੌਰ ਕਰੋ ਇਤਾਦ ਅਟਕੋ ਪਾਰ ਨਾ ਕਰੋ ਇਹ ਜਿਹੜਾ ਇਤਾਦ ਕਰਨੇ ਤੇ ਜਿਹੜੇ ਮਨਸਰ ਵਿੱਚ ਕਰੋ ਮਰਗ ਨਵੀਂ ਜਾਰੀ ਕਰ ਰਿਹਾ ਕਿ ਉੱਥੇ ਜੁੱਦ ਦਿਨ ਆਪਣਾ ਮਾਡਲ ਟਾਊਨ ਤੇ ਟਿਕਟ ਜੇ ਵੀ ਬਾਨੀ ਜੀ ਤਾਂ ਆ ਗਏ ਅਸਲਾਮ ਅਲੈਕਮ ਜੀ ਅਸੀਂ ਆ ਗਏ ਭਰਾਓ ਇਸ ਵਾਸਤੇ ਆਟੇ ਦੀ ਬੁੱਧ ਨਹੀਂ ਬਣਾਉਣੇ ਇਹ ਹੈ ਕਿ ਮਤਲਬ ਇਹ ਮਸ਼ਾਵਰਤੀ ਮੀਟਿੰਗ ਹੈ ਮੜੇ ਮਸ਼ੁਰੇ ਕਿ ਦਾਖਲੇ ਕੋਲੋਂ ਪਹਿਲੇ ਮਸ਼ੁਰਾ ਕਰਕੇ ਨੂਨ ਵਾਲੇ ਕਈ ਡੇਟਾ ਘਟਾਓ ਅਗਰ ਨੂਰੇ ਜੀ ਦਾਮੇ ਹੀ ਘਾਟੇ ਕਰਨੇ ਜੀ ਤੇ ਫਿਰ ਕੋਈ ਫਾਇਦਾ ਨਹੀਂ ਜਿੰਦਾ ਨਹੀਂ ਅਸਾਂ ਲੋਕਾਂ ਅਸਾਂ ਪਹਿਲੇ ਵੀ 50 ਸਾਲ ਮਾਰ ਖਾ ਗਏ ਹਾਂ ਗੈਸਾਂ ਦੇ ਪੈ ਵਾਸਤੇ MLA ਸਾਹਿਬ ਬਾਈ ਜੀ ਮੇਰੇ 40 ਸਾਲ ਭਲਦੇ ਰਹੇ ਇਨਸ਼ਾਅੱਲਾ ਗੈਸ ਆਸੀ ਤੁਸੀਂ ਤਾਂ ਬਗਾਮ ਹੋ ਸੋਨੇ ਦੇ ਰੋਡ ਬਣਾਓ ਲੇਕਿਨ ਜਣੇ ਦੇ ਘਰਾਂ ਦਾ ਚੁੱਲ੍ਹਾ ਨਹੀਂ ਬਲਦਾ ਉਹਦਾ ਬੱਚਾ ਭਰਦੀ ਨਹੀਂ ਹੁੰਦਾ ਇਸ ਇਹਨਾਂ ਵੋਟਾਂ ਦਾ ਫਾਇਦਾ ਕੀ ਹੈ ਜੀ ਅਸੀਂ ਲੋਕ ਉੱਥੇ ਨਹੀਂ ਗਏ ਹਾਂ ਇਸ ਵਾਸਤੇ ਇਹ ਹਬੀਬ ਸਾਹਿਬ ਨੇ ਇਸ ਦਾ ਜਿੰਨ ਜਿੱਤੀ ਬੈਠੇ ਦਿਨ ਇਹ ਮੌਲਾਨਾ ਸਾਹਿਬ ਨਾਲ ਮਸ਼ਵਰਾ ਕਰਨ ਕਿ ਜੀ ਸੀਟ ਐਡਜਸਟਮੈਂਟ ਕਰ ਦਿਓ ਤੇ ਅਸਾਂ ਦੇ ਹਿੱਸੇ ਵਿੱਚ ਵੀ ਦਿਓ ਤੇ ਨੂਨ ਵਾਲੇ ਦੋ ਜਿਹੜੇ ਹੀ ਨੂਰੇ ਗਾਵੇਂ ਖਤਰ ਨੂੰ ਘਟਾਓ ਜੀ ਤੇ ਯਕੀਨ ਇਹ ਚੱਲਦਾ ਕਿ ਅਸੀਂ ਮਸ਼ਾਵਰਾ ਦਾਖਲੇ ਤੋਂ ਬਾਅਦ ਦੁਬਾਰਾ ਹੁਸੀ ਔਰ ਅਸਾਂ ਮੁਸ਼ਕਲ ਵਕਤ ਵਿੱਚ ਹਬੀਬ ਸਾਹਿਬ ਨਾਲ ਵਕਤ ਗੁਜ਼ਾਰੇ ਮਕਈ ਦੀ ਦਾਣੇ ਖਾ ਕੇ ਝੜੀ ਵੋਟ ਮੰਗਦੇ ਰਹੇ ਤੇ ਮੈਂ ਅਜੀ ਸਾਹਿਬ ਕੋਈ ਆਸਾ ਕਿ ਹੁਣ ਮਿਹਰਬਾਨੀ ਕਰੋ ਜ਼ਰਾ ਇਹ ਤਸਵੀਰ ਖੋਲੋ ਜੀ ਜ਼ਰਾ ਇਹ ਪੈਸੇ ਦੇ ਜ਼ਰਾ ਦਾਓ ਪਰ ਪਤਾ ਲੱਗੇ ਮੇਰੇ ਜੀ ਅਸੀਂ ਤਕੜੀ ਕੋਮ ਵਾਲਾ ਤਾਂ ਇਨਸ਼ਾ ਅੱਲਾ ਬਾਕ ਉਮੀਦ ਹੈ ਕਿ ਤੁਸੀਂ ਸਾਰੇ ਦੇਖ ਕੇ ਤੁਸੀਂ ਚਿਹਰੇ ਦੇਖ ਕੇ ਪਤਾ ਲੱਗਦਾ ਹੈ ਇਲੈਕਸ਼ਨ ਰੱਬ ਦੀ ਜ਼ਾਤ ਹਬੀਬ ਸਾਹਿਬ ਨੂੰ ਜਿਤਾ ਸੀ ਇਨਸ਼ਾ ਅੱਲਾ ਬੈਟਿੰਗ ਜਿਤਾ ਸੀ ਇਨਸ਼ਾ ਅੱਲਾ ਕਿ ਉਹਨਾਂ ਦਾ ਬੱਚਾ ਵਾਸਤਾ ਵੀ ਬੱਚਾ ਹੈ।